ਸੋ ਹੈਲੋ ਜੀ, ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਵਿਲੇਜ ਕਪਲ ਬਲੌਗ ਚੈਨਲ 'ਤੇ। ਸੋ ਬਣੇ ਰਹੋ ਅੱਜ, ਕਿਉਂਕਿ ਅੱਜ ਮੈਂ ਹਾਂ, ਮੈਂ ਵੀ ਅੱਜ ਪਵਨ ਵਰਗੀ, ਜਿੱਦਾਂ ਮੈਂ ਕੱਲ੍ਹ ਇਕੱਲੀ ਇਕੱਲੇ ਪਵਨ ਹੀ, ਅੱਜ ਮੈਂ ਇਕੱਲੀ ਹਾਂ, ਅੱਜ ਪਵਨ ਗਏ ਕੰਮ 'ਤੇ। ਸੋ ਇਸ ਕਰਕੇ ਮੇਰਾ ਟਾਈਮ ਪਾਸ ਨਹੀਂ ਹੋ ਰਿਹਾ ਅੱਜ। ਦੇਖੋ ਕਰਦੇ ਹਾਂ ਨਾਲ ਦੀ ਨਾਲ ਬਲੌਗ ਸ਼ੁਰੂ ਕਰਦੇ ਹਾਂ, ਤੁਸੀਂ ਵੀ ਦੇਖੀ ਜਾਇਓ। ਸੋ ਪਵਨ ਗਏ ਅੱਜ ਕੰਮ 'ਤੇ, ਤਾਂ ਮੈਂ ਅੱਜ ਜਿਹੜੀ ਮੱਝ ਆ ਨਾ ਉਹ ਹੀ ਘਰ ਬਣੀ, ਕਿਉਂਕਿ ਜੇ ਅਸੀਂ ਬਾਹਰ ਬਣ ਦਿੰਦੇ ਇਹਨੂੰ ਤਾਂ ਫਿਰ ਇਹਨੂੰ ਲਿਆਉਣਾ ਕਿਨੇ ਹੀ, ਇਸ ਕਰਕੇ। ਸੋ ਮੈਂ ਹੁਣ ਪੱਠੇ ਪਾ ਦਿੰਦੀ ਇਹਨਾਂ ਨੂੰ, ਪਹਿਲੇ ਧੋਣਾਂ 'ਚ ਜਾਣ ਵਾਸਤੇ ਦੂਜੇ ਬੂਟ ਪਾਉਣੇ ਪੈਂਦੇ ਆ ਜੀ। ਆ ਜਾਓ, ਤੁਹਾਨੂੰ ਵੀ ਦਿਖਾਉਣਾ ਕਿੱਦਾਂ ਪੱਠੇ ਪਾਉਂਦੀ ਹਾਂ, ਦੇਖ ਲਓ। ਇਕੱਲੇ ਪੱਠੇ ਪਾਉਣ ਲੱਗੀ ਮੈਂ, ਜਿੱਤੇ ਰਹਿੰਦੀ ਹਾਂ। ਸੋ ਮੈਂ ਇਹਨਾਂ ਨੂੰ ਪੱਠੇ ਪਾਉਂਦੀ ਹਾਂ, ਹੋ ਜਾਓ। ਸੋ ਗਾਇਸ, ਆਪਾਂ ਕੈਮਰਾ ਕਿਤੇ ਹੋਰ ਥਾਂ 'ਤੇ ਸੈੱਟ ਕੀਤਾ ਹੋਇਆ, ਆ ਪੱਠੇ ਰਹੀ ਮੈਂ ਆਪਾਂ ਮੋਟੋ, ਦੇਖੋ ਉਹਨੂੰ ਪਵਨ ਪਾ ਕੇ ਗਏ ਸੀ ਨਾ, ਇਸ ਕਰਕੇ ਖਾ ਚੱਲ ਪਾਤੇ ਪੱਠੇ ਇਹਨੂੰ ਭੱਜ ਕੇ। ਸੋ ਦੇਖੋ ਜੀ, ਪੱਠੇ ਪਾ ਲਏ ਇਹਨੂੰ, ਪੱਠੇ ਪਾ ਕੇ ਉਹਦੇ ਬਿੱਲੀ ਸਾਹ ਚੜ ਜਾਂਦਾ ਮੈਨੂੰ ਤਾਂ। ਦੇਖੋ ਜੀ, ਕੋਈ ਪਤਾ ਕਿ ਆਪਾਂ ਬੰਦੇ ਇਹਨੂੰ ਅੱਜ ਕੋਈ ਲਿਆਉਣ ਵਾਲਾ ਨਹੀਂ ਹੁੰਦਾ, ਜੇ ਬਾਹਰ ਬੰਨ ਦਿੰਦੇ ਤਾਂ ਫਿਰ ਇਹਨੂੰ ਲਿਆਉਣਾ ਕਿਹਨੇ ਸੀ, ਇਸੇ ਕਰਕੇ ਆਪਾਂ ਅੰਦਰ ਇਹਨੂੰ ਬੰਨ ਛੱਡਿਆ। ਬਸ ਮੈਂ ਹੁਣ ਦੇਖਦੀ ਹਾਂ, ਚਨੇ ਭੇ ਕੇ ਰੱਖੇ ਆ, ਲੱਗਦਾ ਚਿੱਟੇ ਚਨੇ ਬਣਾਉਣੇ ਆ ਜੀ। ਜਿਹੜੀ ਥੜੀ ਆ ਨਾ ਮੈਂ ਇੱਥੇ ਬੰਨੀ ਹੁੰਦੀ, ਮੈਨੂੰ ਬੜਾ ਮਜ਼ਾ ਆਉਂਦਾ, ਨਾਲੇ ਇੱਥੇ ਨੈਟਵਰਕ ਜਿਹਾ ਬੜਾ ਹੁੰਦਾ ਆ, ਇੰਨਾ ਨੈਟਵਰਕ ਨਹੀਂ ਹੁੰਦਾ। ਮੈਂ ਥੋੜ੍ਹਾ ਜਿਹਾ ਵੀ ਕੰਮ ਕਰਨਾ ਪਤਾ ਨਹੀਂ ਕਿਉਂ ਮੈਨੂੰ ਸਾਹ ਜਿਹਾ ਬੜਾ ਚੜ੍ਹਦਾ ਹੁੰਦਾ ਆ, ਇਸ ਕਰਕੇ ਮੈਂ ਥੋੜ੍ਹਾ ਆਰਾਮ ਕਰ ਲਾਂ। ਸੋ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਜੀ, ਕਿਉਂਕਿ ਮੇਰੀ ਜਿਹੜੀ ਚਾਚੀ ਸੱਸ ਹੈ ਨਾ, ਉਹਨਾਂ ਦੇ ਮੁੰਡੇ ਦਾ ਰਿਸ਼ਤਾ ਹੋ ਗਿਆ ਫਾਈਨਲੀ। ਪਹਿਲਾਂ ਬੜੇ ਰਿਸ਼ਤੇ ਦੇਖੇ ਸੀਗੇ ਉਹਦਾ, ਪਰ ਫਾਈਨਲ ਨਹੀਂ ਸੀ ਹੋਇਆ, ਪਰ ਹੁਣ ਜਿਹੜਾ ਹੋਇਆ ਉਹ ਫਾਈਨਲ ਹੋ ਗਿਆ। ਆਪਾਂ ਬੜੇ ਖੁਸ਼ ਹਾਂ ਵੀ ਸਾਡੇ ਘਰ ਵੀ ਕੋਈ ਵਿਆਹ ਹੋਊਗਾ, ਆਪਾਂ ਵੀ ਕੋਈ ਪੰਗਣਾ ਸੰਗਣਾ ਪਾਵਾਂਗੇ, ਕੋਈ ਨਵੇਂ ਸੂਟ ਸਾਟ ਬਣਾਵਾਂਗੇ, ਇਸ ਕਰਕੇ ਆਪਾਂ ਬੜੇ ਉਹ ਜ਼ਿਆਦਾ ਖੁਸ਼ ਹਾਂ ਵੀ ਚਲੋ ਰਿਸ਼ਤਾ ਹੋ ਗਿਆ ਮੁੰਡੇ ਦਾ। ਹੁਣ ਉਸ ਮੁੰਡੇ ਨੇ ਬਾਹਰ ਵੀ ਚੱਲ ਆ ਠਾਕੇ ਵਾਲਾ, ਠਾਕੇ ਵਾਲਾ ਮੁੰਡਾ ਜੀ ਦਾ ਜੀ, ਇਹਦੇ ਕਰਕੇ ਪਾਰਟੀ ਚੱਲਦੀ ਪਈ ਹੈ। ਦੇਖੋ ਸਾਰੇ ਜਣੇ ਇਕੱਠੇ ਹੋਏ ਆ, ਇੱਧਰ ਫੁਲਕੇ ਲਾਉਣ ਡੇ, ਜਾ ਅੰਦਰ ਦਿਖਾ ਕੇ ਲਿਆ, ਜਾ ਸਾਰੇ ਰੋਟੀ ਖਾਣ ਡੇ। ਹੈਲੋ ਗਾਇਸ, ਆ ਜਿਹਦੇ ਟੀਸ਼ਰਟ ਤੇ ਗੈਪ ਲਿਖਿਆ, ਇਸ ਮੁੰਡੇ ਦਾ ਠਾਕੇ ਲੱਗਾ, ਠਾਕਾ ਲੱਗਾ ਤੇ ਬੜਾ ਚਾਹ ਚੜਿਆ, ਦੇਖ ਲਓ ਇਹਨੂੰ ਕਿਤੇ, ਕਹਿੰਦਾ ਅੱਜ ਵਲੌਗ ਮੈਂ ਹੀ ਬਣਾਉਣਾ ਹੀ। ਇਹਦੀ ਮੰਮੀ ਖਾਣ ਹੀ ਖਾਣਾ, ਵੇਖੋ ਚੋਰੀ ਚੋਰੀ, ਆਹ ਦੇਖੋ ਚੋਰੀ ਚੋਰੀ ਮੂੰਹ ਵੱਟ ਕੇ, ਆਹ ਦੇਖੋ ਇੱਧਰ ਫੁਲਕੇ ਪਾਕ ਰਹੇ ਨੇ ਹੁਣ, ਜਾ ਉੱਧਰ ਬਣਾ ਕੇ ਲਿਆ ਭਰਾਵਾ। ਜੀ ਵਿਚਾਰੀ ਬੈਠੀ ਸੀ, ਬੰਦ ਕਰ ਦੇ ਚੋਰੀ ਚੋਰੀ, ਇਹ ਪੈਗ ਵੀ ਲਾ ਲੈਂਦਾ ਉੱਥੇ ਬਣੇ। ਕਿੱਥੇ
ਰਸੋਈ ਤੇ ਵਿਹਲੀ ਹੋ ਗਈ। ਜੂਲੀ ਬਿਜੀ ਬੜੀ ਅੱਜ। ਆ ਜੀ ਲਓ ਜੀ ਬੁਲਟ ਵੇਖੋ ਆਪਣਾ, ਬੁਲਟ ਵਿਕਾਊ ਕਹਿੰਦੇ ਲੈਣਾ ਉਹਦੇ ਦੱਸ ਦਿਓ। ਇਲੈਕਟਰਾ ਕੰਡੀਸ਼ਨ ਵੀ ਵਧੀਆ ਇਹਦੀ। ਜੂਲੀ ਤੇ ਬਿਜੀ ਬੜੀ ਇਹਦੇ, ਅੱਜ ਕੁਝ ਜ਼ਿਆਦਾ ਹੀ ਬਿਜੀ ਹੋ ਗਈ ਜੂਲੀ ਵੇਖੋ ਕਿੰਨਾ ਕੰਮ ਕਰਨ ਡੀ। ਘਰ ਭਾਵੇਂ ਕਰੇ ਨਾ, ਨਾ ਅੱਜ ਜ਼ਿਆਦਾ ਹੀ ਕਰਨੀ। ਕਿੰਨਾ ਨੂੰ ਅੱਜ ਪਾਰਟੀ? ਸਾਡੇ ਇੱਥੇ ਅੱਜ ਪਾਰਟੀ ਚੱਲਣ ਡੀ ਆ। ਜੂਲੀ ਤੇ ਭੱਜੀ ਫਿਰਨ ਡੀ ਜਿੱਦਾਂ ਵਿਆਹ 'ਚ ਨੈਣ ਫਿਰਦੀ ਹੁੰਦੀ। ਜੂਲੀ ਵੀ ਜ਼ਿਆਦਾ ਹੈ। ਇਹ ਕਿਹਦੇ ਵਾਸਤੇ ਲੈਂਦੀ? ਮੈਂ ਤਾਂ ਖਾ ਲਈ ਹੈ। ਆ ਜਸ਼ਨ ਬੜਾ ਰੱਜਿਆ ਪਿੰਡ ਅੱਜ ਰੋਟੀਆਂ ਨਾਲ। ਇੱਧਰ ਆਈ ਪੀ ਐਲ ਚੱਲਣ ਡਿਆ, ਦਰਸ਼ਕ ਵੇਖਣ ਡੇ ਮੈਚ। ਵੇਖੋ ਕਿੱਦਾਂ ਬਿਜੀ ਪਏ, ਇੰਨੇ ਦਰਸ਼ਕ ਬਿਜੀ ਆ। ਨਿੱਕਾ ਦਰਸ਼ਕ ਵੀ ਹੈ, ਸਟੇਡੀਅਮ 'ਚ ਭਰਿਆ ਪੂਰਾ ਆਈ ਪੀ ਐਲ ਵੇਖਣ ਡਿਆ। ਸੋ ਕਰਦੇ ਹਾਂ ਜੀ ਵਲੋਗ ਦਾ ਐਂਡ। ਜੇ ਤੁਸੀਂ ਸਾਡੇ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵਲੋਗ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਸਾਡੇ ਬੈਲ ਆਈਕਨ ਦੀ ਘੰਟੀ ਨੂੰ ਦਬਾਉਣਾ ਨਾ ਭੁੱਲਿਆ ਕਰੋ। ਸੋ ਗਾਇਸ ਮਿਲਦੇ ਹਾਂ ਤੁਹਾਨੂੰ ਇੱਕ ਨੈਕਸਟ ਵਲੋਗ 'ਚ। ਬਾਏ ਬਾਏ।